ਪਤਾ ਨੀ ਹੈਗਾ
غلطه. مگه سوالی؟ قربان جاوا قربان جاوا جی میری گل سن میں 10 سال جوان ہو کے بیٹھی ہاں پیکے بوے تے میرے ہو گیا
ਬਸ ਤਮੀਜ਼ ਕਮੀਨਾ ਜੀ ਜੀ ਫੇਰ ਤੇਰੇ ਪਿੱਛੇ ਖਲੋ ਖਲੋਤਾ ਤੇਰੇ ਕੋ ਬਹੁਤ ਹੁੰਦੀ ਹੈ ਠੀਕ ਹੈ ਫੇਰ ਤੇਰੇ ਕਹਿੰਦੇ ਪਿੱਛੇ ਹੋ ਗਿਆ ਹੋ ਗਿਆ ਫੇਰ ਮੇਰੀ ਗੱਲ ਸੁਣ ਮੇਰੀਆਂ ਤੇਰੀ ਸ਼ਰਤਾਂ ਕਿਹੜੀਆਂ ਅਗਰ ਤੈਨੂੰ ਮਨਜ਼ੂਰ ਤਾਂ ਮੈਂ ਤੇਰੀ ਸਵਾਣੀ ਅਗਰ ਮਨਜ਼ੂਰ ਕੋਈ ਨਹੀਂ ਤਾਂ ਮੈਂ ਤੇਰੀ ਸਵਾਣੀ ਕੋਈ ਨਹੀਂ ਤੇਰੀ ਕਿਹੜੀ ਸ਼ਰਤ ਹੈ ਮੇਰੀ ਪਹਿਲੀ ਸ਼ਰਤ ਇਹ ਹੈ ਤੂੰ ਆਪਣੇ ਮੂੰਹ ਮੈਨੂੰ ਆਪਣੀ ਸਵਾਣੀ ਨਹੀਂ ਸਕਦਾ ਚਲੋ ਨਹੀਂ ਸੱਦਾ ਅੱਗੇ ਕਿਹੜਾ ਵਸੇਰਾ ਹੋਇਆ ਖੜਾ ਓਏ ਦੂਈ ਮੇਰੀ ਸ਼ਰਤ ਇਹ ਹੈ ਜਿਸ ਦੇ ਚਬਾਰੇ ਤੇ ਸੁੱਤੀ ਹੋਵਾਂ ਉਹ ਚਬਾਰੇ ਤੇ ਤੂੰ ਨਹੀਂ ਹੋਣਾ ਚਬਾਰੇ ਤੇ ਹੀ ਨਹੀਂ ਹੋਣਾ ਬਿਲਕੁਲ ਏ ਜਿਹੜਾ ਮੈਂ ਮਤਲਬ ਮੇਰੇ ਮਕਾਨ ਉਸਾਰੇ ਹੈ ਚਲੋ ਠੀਕ ਹੈ ਨਹੀਂ ਹੁੰਦਾ ਨਹੀਂ ਨਹੀਂ ਹੁੰਦਾ ਹੋਰ ਤਰੀ ਮੇਰੀ ਸ਼ਰਤ ਇਹ ਹੈ ਇੱਥੇ ਨੱਕ ਨਾਲ ਸੱਤ ਲਕੀਰੇ ਖੜ ਤਾਂ ਮੈਂ ਤੇਰੀ ਸਵਾਰੀ ਗੱਲ ਸੁਣ ਰਾਮ ਨਾ ਤੇਰੀਆਂ ਸਾਰੀਆਂ ਸ਼ਰਤਾਂ ਬਣੀਆਂ ਨੇ ਇੱਕ ਨੱਕ ਨੱਕ ਲੀਕ ਕੇ ਨਹੀਂ ਖੱਟਣੇ ਬਾਬ ਲੱਗ ਜਾ ਹੱਥ ਕਰ ਗਿਆ ਮੈਂ ਸਾਇਦ ਮਮੰਦਾ ਨੱਕ ਨਾਲ ਲੀਕੇ ਖੱਟਾ ਨਹੀਂ ਸਿਆਦ ਤਾਂ ਬਖਰੇ ਦੀ ਪੱਲੀ ਹੋਈ ਮੈਂ ਹਰਾਮ ਦੀ ਧੀ ਹੋ ਕੇ ਜੇ ਤੈਨੂੰ ਲੱਕ ਨਾਲ ਲਕੀਰੇ ਦੇ ਸੱਤ ਮੈਂ ਸਾਇਦ ਮਮੰਦ ਜਾਤਾ ਤੇ ਵੀ ਰੇੜਕਿਆਂ ਦੀ ਛਿੜਕੀ ਖਾ ਕੇ ਆਇਆ ਖੜਾ ਏ ਮੈਂ ਤੈਨੂੰ ਪਿਆਨੀਆ ਲੈ ਭਾਈ ਜਿਹੜੇ ਤੇ ਬੈਠੇ ਹੋ ਨਾ ਇੱਥੇ ਮਹਾਰਾਜ ਆ ਮੁੱਛਾਂ ਵਾਲੇ ਜਿਹੜੇ ਮਹਾਰਾਜ ਸਾਹਿਬ ਹਾਂ ਇੱਕ ਖੱਤੇ ਉਹ ਮੇਰੇ ਤਾਂ ਭਾਈ ਸਿੱਖਾ ਬਿਆਨ ਦੋ ਲੰਬਾ ਵਾਲਾ ਸਾਰੇ ਆਏ ਅਗਲੇ ਅਗਲੇ ਮੇਰੇ ਬੇਟੀ ਨੇ ਆ ਪਿਛਲੇ ਵਾਲੀ ਮਾਰੀ ਹਨਾ ਇਹ ਨਹੀਂ ਮਰੇਂਦੇ ਵੇ ਕੀ ਗੱਲ ਏ ਇਹਨਾਂ ਮਾਰੀ ਤੂੰ ਪਿਛਲੇ ਨਹੀਂ ਮਾਰੀ ਆਹੋ ਮੇਰੇ ਬੇਲੀ ਨੇ ਤੇਰੇ ਬੇਲੀ ਨੇ ਹਾਂ ਜਿਵੇਂ ਦਾ ਤੂੰ ਜੋ ਤੇਰੇ ਬੇਲੀ ਹੈ ਬਿਲਕੁਲ ਪੇਕੀ ਵੀ ਛੱਡ ਦਿੱਤੇ ਬਿਆਣਾ ਬਿਲਾ ਵੀ ਛੱਡ ਦਿੱਤੇ ਸਰ ਸਹੇਲੀ ਵੀ ਛੱਡ ਦਿੱਤੀ ਉਹਨਾਂ ਕੀ ਰਾਤੀ ਮੈਂ ਹੀਰ ਨੂੰ ਚਾਰ ਵਾਰੀ ਸਵਾਰ ਚੰਗੇ ਹੋਵੇ ਤੇ ਟੋਲੇ ਆਪੇ ਤਬਦੀਲ ਹੋ ਜਾਣਗੇ ਸਾਬਣ ਕਿਰੇ ਦਾਰੀ ਚ ਪਿਆਈ ਉਹ ਤਾਂ ਮੈਂ ਬਿਸਕੁਟ ਬਣਾ ਕੇ ਖਾ ਕੇ ਲਗਾ ਜਾ ਠੀਕ ਹੈ ਸਿਰੇ ਦੇ ਉੱਤੇ ਜਿਹੜੇ ਚੱਕ ਦੀ ਆਪਣੀ ਦੇ ਆ ਉਹ ਨੇ ਬੈਣੀ ਨਹੀਂ ਹਾਂ ਪਾਲੀ ਵਾਲੀ ਪਾਲੀ ਵਾਲੀ ਉਹਦੇ ਕੋਲ ਸ਼ੈਂਪੂ ਲੈ ਲੈ ਠੀਕ ਹੈ ਚਲੋ ਅੱਲਾ ਵਾਰੇ ਕਰਨਾ
ਰਹਿਤ ਲੈਣੀ ਹੈ, ਹੀਰ ਦੇ ਇੱਥੋਂ ਰਹਿਤ ਲੈਣੀ ਹੈ। ਮੇਰੀ ਆ ਭਾਬੀ ਜਿੱਥੇ ਮਰਚ ਦੇ ਹੁਕਮ ਨਹੀਂ ਜਾਣਦਾ, ਤੂੰ ਆਖਦੇ ਮੈਂ ਹੀਰ ਦੇ ਇੱਥੋਂ ਰਹਿਤ ਲੈਣੀ, ਮੈਂ ਹੀਰ ਦੇ ਇੱਥੋਂ ਰਹਿਤ ਲੈਣੀ ਹੈ। ਫੇ ਮੈਂ ਆਖਦੀ ਆ ਰਹਿਤ ਲੈ ਤੇ ਇੱਥੋਂ ਟੁੱਟਦਾ ਨਜ਼ਰ ਆ। ਓਏ ਮੈਂ ਕਿਆ ਗੱਲ ਸੁਣੇ, ਸਾਡੇ ਨਾਲ ਅੜੀਏ ਨਾ ਪਾ, ਐਸੀ ਬਾਬੇ ਦਾ ਮੰਤਰ ਤੇਰੇ ਤੇ ਛੱਡ ਦੂੰਗਾ। ਹਾਏ ਹਾਏ ਬਾਬੇ ਦਾ ਮੰਤਰ ਛੱਡ ਦੂੰ, ਫੇ ਮੈਂ ਤੇ ਆ ਬਹੁਤ ਵੱਡੇ ਜਾਦੂ ਕਰਦੀ ਆ। ਲੈ ਫੇ ਤਕਰੀ ਹੋ ਜਾ। ਠੀਕ ਹੈ।
ਮੇਰੇ ਭਰਾ ਨਾਲ ਤੇ ਬੰਦ ਗੋਪੀ ਦੇ ਕੁੰਡ ਵਾਂਗੂ ਰਹਿੰਦੀ ਹੈ, ਜੋਗੀ ਨਾਲ ਤੇ ਬਣੀ ਚੋਗਾ ਬਟਾ ਰਹੀ ਹੈ, ਗੁਟਕੋ ਕੋ ਕਰ ਰਹੀ ਹੈ। ਜੇ ਤੁਸੀਂ ਐਡੇ ਹੱਲਾ ਵਾਲੇ ਲੋਕ ਹੋ, ਆਹੋ ਦੱਸ ਤਾਂ ਮੇਰੇ ਦਿਲ ਦੀ ਮੁਰਾਦ ਕੀ ਹੈ। ਜੇ ਤੇਰੇ ਦਿਲ ਦਾ ਮਕਸਦ ਬੁੱਝਾ ਤਾਂ ਫੇਰ ਜੋ ਤੂੰ ਆਖੇ ਪੱਕੀ ਗੱਲ। ਲੈ ਫਿਰ ਲੈ ਬਈ, ਇੱਕ ਅਸੀਂ ਨਹੀਂ ਫਸੇ ਹੋਏ, ਇਹਦਾ ਵੀ ਦਿਲ ਇਹ ਵੀ ਕਿੱਥੇ ਲੱਗੀ ਹੈ, ਕਾਬਲੇ ਗੌਰ ਦੋੜਾ ਕਰਾ, ਮੈਨੂੰ ਦੋੜੇ ਚ ਦੱਸਣ ਲੱਗਾ।